ਕੁਰਾਲੀ ਸ਼ਹਿਰ ਦੇ ਨੇੜਲੇ ਪਿੰਡ ਮਹਿਰਾਲੀਆਂ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 50 ਸਾਲਾ ਅਧੇੜ ਉਮਰ ਦੇ ਵਿਅਕਤੀ ਵੱਲੋਂ ਇੱਕ 12 ਸਾਲ ਦੀ ਮਾਸੂਮ ਬਾਲੜੀ ਨਾਲ ਬਲਾਤਕਾਰ ਕਰਨ ਅਤੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਣੀ ਪੁੱਤਰੀ ਰਾਜ ਕੁਮਾਰ ਵਾਸੀ ਪਿੰਡ ਬਗਰੀਆਂ ਜ਼ਿਲ੍ਹਾ ਬਹਿਰਾਈਚ ਉੱਤਰ ਪ੍ਰਦੇਸ਼ ਨੂੰ ਸ਼ੇਰ ਸਿੰਘ ਸਪੁੱਤਰ ਹਰਬੰਸ ਸਿੰਘ ਕੌਮ ਜੱਟ ਪਿੰਡ ਮਹਿਰੋਲੀ ਇਹ ਕਹਿ ਕੇ ਆਪਣੇ ਘਰ ਲੈ ਗਿਆ ਕਿ ਉਸ ਦੀ ਘਰਵਾਲੀ ਪੇਕੇ ਗਈ ਹੋਈ ਹੈ ਅਤੇ ਘਰ ਵਿੱਚ ਰੋਟੀ ਪਕਾਉਣ ਵਾਲਾ ਕੋਈ ਨਹੀਂ ਹੈ। ਰੋਟੀ ਬਣਾਉਣ ਤੋਂ ਬਾਅਦ ਮੈਂ ਲੜਕੀ ਨੂੰ ਘਰ ਛੱਡ ਜਾਵਾਂਗਾ। ਲੜਕੀ ਦਾ ਪਰਿਵਾਰ ਉਕਤ ਦੋਸ਼ੀ ਕੋਲ ਪਿਛਲੇ 4 ਮਹੀਨਿਆਂ ਤੋਂ ਖੇਤਾਂ ਦੇ ਵਿੱਚ ਕੰਮ ਕਰਦਾ ਸੀ। ਜਾਣਕਾਰ ਹੋਣ ਕਰਕੇ ਉਸ ਦੀ ਨੀਅਤ 'ਤੇ ਸ਼ੱਕ ਨਹੀਂ ਕੀਤਾ ਗਿਆ ਅਤੇ ਉਮਰ ਵਿੱਚ ਬਜ਼ੁਰਗ ਹੋਣ ਕਾਰਨ ਵੀ ਪਰਿਵਾਰ ਨੇ ਦੋਸ਼ੀ 'ਤੇ ਭਰੋਸਾ ਕਰ ਲਿਆ। ਪਰ ਇਸ ਵਹਿਸ਼ੀ ਜਾਨਵਰ ਨੇ ਲੜਕੀ ਦੀ ਉਮਰ ਦਾ ਭੋਰਾ ਵੀ ਲਿਹਾਜ਼ ਨਹੀਂ ਕੀਤਾ ਅਤੇ ਇਸ ਘਿਨੌਣੀ ਹਰਕਤ ਨੂੰ ਅੰਜਾਮ ਦੇ ਦਿੱਤਾ। ਲੜਕੀ ਦੇ ਪਿਤਾ ਰਾਜਕੁਮਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੋਟੀ ਬਣਾਉਣ ਦੇ ਬਹਾਨੇ ਨਾਲ ਸ਼ਮਸ਼ੇਰ ਸਿੰਘ ਲੜਕੀ ਨੂੰ ਘਰੋਂ ਲੈ ਗਿਆ ਸੀ ਅਤੇ ਰਾਤ ਪੈਂਦਿਆਂ ਹੀ ਲੜਕੀ ਨਾਲ ਬਲਾਤਕਾਰ ਕਰ ਦਿੱਤਾ। ਬੱਚੀ ਬਹੁਤ ਰੋਈ ਕੁਰਲਾਈ ਪਰ ਦੋਸ਼ੀ ਨੇ ਲੜਕੀ ਦੀ ਇੱਕ ਨਹੀਂ ਸੁਣੀ ਅਤੇ ਲੜਕੀ ਦੇ ਥੱਪੜ ਵੀ ਮਾਰੇ। ਜਦੋਂ ਲੜਕੀ ਆਪਣੇ ਘਰ ਪਹੁੰਚੀ ਤਾਂ ਲੜਕੀ ਨੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ, ਜਿਸ 'ਤੇ ਪਰਿਵਾਰ ਲੜਕੀ ਨੂੰ ਸਿਵਲ ਹਸਪਤਾਲ ਕੁਰਾਲੀ ਵਿਖੇ ਲੈ ਕੇ ਆਇਆ ਜਿੱਥੇ ਲੜਕੀ ਜੇਰੇ ਇਲਾਜ ਹੈ। ਜਦੋਂ ਇਸ ਸੰਬੰਧੀ ਮਾਜਰੀ ਥਾਣੇ ਤੋਂ ਆਏ ASI ਗੁਰਨਾਮ ਸਿੰਘ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਕਤ ਦੋਸ਼ੀ ਸ਼ਮਸ਼ੇਰ ਸਿੰਘ 4 ਮਹੀਨੇ ਪਹਿਲਾਂ ਹੀ ਇਸ ਪ੍ਰਵਾਸੀ ਪਰਿਵਾਰ ਨੂੰ ਪਿੰਡ ਪਲਹੇੜੀ ਤੋਂ ਖੇਤਾਂ ਵਿੱਚ ਕੰਮ ਕਰਨ ਲਈ ਆਪਣੇ ਕੋਲ ਪਿੰਡ ਮਹਿਰੋਲੀ ਲੈ ਕੇ ਆਇਆ ਸੀ। ਉਹਨਾਂ ਕਿਹਾ ਕਿ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ, ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਸੰਬੰਧੀ ਜਦੋਂ ਡਾਕਟਰ ਨਵਦੀਪ ਕੌਰ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਹਾਲੇ ਰੇਪ ਦੀ ਪੁਸ਼ਟੀ ਨਹੀਂ ਹੋਈ ਹੈ, ਛੁੱਟੀ ਹੋਣ ਕਰਕੇ ਲੜਕੀ ਦਾ ਮੈਡੀਕਲ ਨਹੀਂ ਕਰਵਾਇਆ ਜਾ ਸਕਿਆ। ਸੋਮਵਾਰ ਨੂੰ ਲੜਕੀ ਦਾ ਮੈਡੀਕਲ ਕਰਵਾਇਆ ਜਾਵੇਗਾ। ਪਹਿਲੇ ਹਮ ਰਾਤ ਵਹਾਂ ਵਹਾਂ ਪਲੇੜੀ ਪਲੇੜੀ ਸੇ ਆਏ ਬਾਬੂ ਲੈ ਕਰ ਆਇਆ ਆਪਾਂ ਨੇ ਫਾਰਮ ਲਿਆ, ਹਮ ਵਹਾਂ ਰਹੇ 3 ਮਹੀਨਾ। ਇਹ ਕਹਾ ਹਮਾਰੇ ਮੋਟਰ ਮੇ ਚਲੋ ਆਰਾਮ ਸੇ ਵਹੀਂ ਦਿਹਾੜੀ ਕਰਨਾ ਖਾਨਾ, ਔਰ ਬਾਬੂ ਰੋਟੀ ਪਾਣੀ ਨਹੀਂ ਦੇ ਰਹਾ ਤਾਂ ਮੈਂ ਆਇਆ ਲੈ ਕਰ ਆਇਆ ਘਰ ਰੋਟੀ ਪਾਣੀ, ਤਾਂ ਤੁਮ ਆਪਣਾ ਵਹੀਂ ਦਿਹਾੜੀ ਕਰੋ, ਹਮਾਰੇ ਮੋਟਰ ਮੇ ਆਉਣਾ ਕੋਈ ਕੁਛ ਨਹੀਂ ਕਹੇਗਾ। ਇਹ ਲਿਆ ਹਮਾਰੇ ਸੇ ਇਤਨਾ ਦਿਨ ਸਹੀ ਥਾ, ਫਿਰ ਹਮਾਰੇ ਸੇ 420 ਦੋ ਦਿਨ ਮੈਂ ਇਹ ਹਮਾਰੇ ਸੇ ਰਾਜਨੀਤੀ ਖੇਲ ਗਿਆ ਅੱਛੇ ਸੇ। क्या कहकर आपकी लड़की को घर ले गया था वो? हाँ, रोटी बनाने गए हमारे घर, दीदी यार चले गई है रोटी बनाने, भेज दो दिन खाते हैं, हमारे बहू आ जाएगी अपना लड़की अपने घर चले आएगी। तो उसने फिर क्या हरकत की है उसने? वो कहा जैसे हमारा तुम्हारा बेटी वैसे हमारा बेटी है। हाँ। मैं कहा चलो बेटी जैसे तुम बोल रहे हमारा बेटी है तो ऐसे हमारा बेटी है, चलो यार कोई बात नहीं बेटी है तो ले जाओ भाई, दो दिन बना खिला देगी। उसके बाद इसको मुँह ऐसे बंद करके इसको अरे सफरों पर मारा जबरदस्ती, जबरदस्ती मुँह बंद करके मारबो किया जबरदस्ती, जब वहाँ काम करके छोड़ा तब यहाँ से भगत दे यार माँ को लगे, माँ को बताई तो माँ हमारे से बताई। इसने माँ को क्या बताया? माँ को यही बताया मतलब हमारे को बलात्कार कर दिया। अच्छा। हाँ मुँह साध कर थप्पड़ों पर मारा। क्या नाम है जिसकी मोटर पे रहते थे? शेरा सरदार। शेरा सरदार? हाँ जी। कौन से गाँव में रहते हो? वही मोरहलिया जी, महरौली का है। हाँ। तो आप सरकार और प्रशासन से क्या मांग करते हो? यही करते हैं जी उसको सजा दे दो। लड़की की उम्र कितनी है आपकी? 12 साल का है जी। और जो सरदार है उसकी उम्र कितनी है? उसका 40-50 साल की उम्र रहेगा जी। अच्छा। रेप हुआ है जी,
ਉਰੇ ਹੋਸਪਿਟਲ ਦੇ ਵਿੱਚ ਐਡਮਿਟ ਵੀ ਹੈ, ਕੀ ਜਾਣਕਾਰੀ ਲੈਣਾ ਚਾਹੋਗੇ? ਕਿਆ ਦੋਸ਼ੀ ਫਕੜਿਆ ਗਿਆ, ਕਿੰਨੇ ਜਾਣੇ ਦੇ, ਕਿਸ ਤਰ੍ਹਾਂ ਉਹਨੇ ਕੁੜੀ ਦੇ ਨਾਲ ਰੇਪ ਕਰਿਆ, ਕੁੜੀ ਦੀ ਉਮਰ ਕਿੰਨੀ ਹੈ ਜੀ? ਇਹ ਰਾਣੀ ਪੁੱਤਰੀ ਰਾਜ ਕੁਮਾਰ ਹੈ ਜੀ, ਇਹ ਪ੍ਰਵਾਸੀ ਮਜ਼ਦੂਰ ਹੈ ਜੀ, ਇਹਨਾਂ ਸ਼ੇਰ ਸਿੰਘ ਦੀ ਮੋਟਰ ਦੇ ਰਹਿੰਦੇ ਮਰੌਲੀ ਪਿੰਡ। ਅੱਛਾ, ਇਹਦੇ ਮਤਲਬ ਬਿਆਨਾਂ ਤੇ ਡਾਕਟਰ ਸਾਹਿਬ ਵੱਲੋਂ ਅੱਜ ਇਨਫੋਰਮੇਸ਼ਨ ਹੈਗੀ ਜੀ ਸਾਨੂੰ ਕਿ ਦਾਖਲ ਹੋਈ ਇੱਥੇ ਮਤਲਬ ਇਲਾਜ ਲਈ, ਅਸੀਂ ਇਹਦੇ ਮਤਲਬ ਬਿਆਨਾਂ ਦੇ ਨਾਲ ਪਰਚਾ ਲਿਖਵਾ ਦੇ ਜੀ, ਮੁਕੱਦਮਾ ਨੰਬਰ 6 ਦਰਜ ਰਜਿਸਟਰ ਹੋ ਗਿਆ 376 ਅਕਸਰ ਤਹਿਤ ਮੁਕੱਦਮਾ ਦਰਜ ਜੀ, ਦੋਸ਼ੀ ਵੀ ਪਾਲ ਜਾ ਰਹੀ ਹੈ ਉਹਨੂੰ ਗ੍ਰਿਫਤਾਰ ਕਰਕੇ। ਸਰ ਕੀ ਕੋਈ ਜਾਣਕਾਰੀ ਮਿਲੀ ਜੀ ਕਿਸ ਤਰ੍ਹਾਂ ਉਹ ਇਹਨੂੰ ਆਪਣੇ ਜਦੋਂ ਮੋਟਰ ਤੇ ਰਹਿੰਦੇ ਤੇ ਘਰ ਕਿਸ ਤਰ੍ਹਾਂ ਲੈ ਕੇ ਗਿਆ? ਕਿਹਾ ਆਪਸੀ ਮਤਲਬ ਵੀ ਚੰਗੇ ਸੰਬੰਧ ਤੇ, ਮਤਲਬ ਪਹਿਲਾਂ ਉਹ ਵੀ ਕਹਿੰਦਾ ਵੀ ਮੇਰੀ ਘਰ ਆਈ ਤੇ ਬੱਚੇ ਬਾਹਰ ਗਏ ਵੀ ਜੇ ਰੋਟੀ ਪਾਉਣ ਵਾਸਤੇ ਘਰ ਦੇ ਕੰਮ ਕਾਜ ਵਾਸਤੇ ਭੇਜ ਦਿਓ ਮੇਰੇ ਨਾਲ, ਇਹ ਕੁੜੀ ਲੜਕੀ ਕਹਿੰਦੀ ਵੀ ਮੇਰੇ ਨਾਲ ਵੀ ਰੇਪ ਕੀਤਾ, ਇਹਦੇ ਸੰਬੰਧੀ ਮਤਲਬ ਮੁਕੱਦਮਾ ਦਰਜ ਰਜਿਸਟਰ ਹੋਇਆ ਜੀ। ਸਰ ਜਿਹਨੇ ਇਸ ਲੜਕੀ ਦੇ ਨਾਲ ਰੇਪ ਕਰਿਆ ਉਹਦੀ ਉਮਰ ਕਿੰਨੀ ਹੈ ਜੀ? ਉਮਰ 12 ਸਾਲ ਦੀ ਲੜਕੀ ਹੈ ਤੇ ਬਾਕੀ ਇਹਦੀ ਮੈਡੀਕਲ ਫੇਵੀ ਅਸੀਂ ਡਾਕਟਰਾਂ ਦੇ ਗ੍ਰਾਮ। ਨਹੀਂ, ਉਹ ਰੇਪ ਕਰਨ ਵਾਲੇ ਦੀ ਉਮਰ ਕਿੰਨੀ ਹੈ? ਰੇਪ ਕਰਨ ਵਾਲੀ ਉਮਰ ਕਰੀਬ 50 ਸਾਲ ਹੈ। ਸਰ ਕਿਆ ਜਦੋਂ ਉਰੇ ਡਾਕਟਰੀ ਮਾਇਨਾ ਹੋਇਆ ਉਹਦੇ ਮਾਂ ਕਿਆ ਰਿਪੋਰਟ ਮਾਂ ਕੋਈ ਪੁਸ਼ਟੀ ਹੋਈ ਹੈ ਜੀ? ਡਾਕਟਰੀ ਰਿਪੋਰਟ ਚ ਹਾਲੇ ਕੈਨੀ ਦੀ ਰਿਪੋਰਟ ਹਾਲੇ ਪੈਂਡਿੰਗ ਪਈ ਹੈ, ਕੈਨੀ ਡਾਕਟਰ ਰਿਪੋਰਟ ਲੈਣੀ ਜੀ ਪੈਂਡਿੰਗ ਪਈ। ਸਰ ਕਿਹੜੀ ਧਾਰਾ ਦੇ ਦਿਨ ਪਰਚਾ ਹੋਇਆ ਜੀ? 376 ਪੋਕਸਟ। ਕਿਆ ਦੋਸ਼ੀ ਪਕੜਿਆ ਗਿਆ ਜੀ? ਦੋਸ਼ੀ ਦੀ ਕਲਾਸ ਜਾਰੀ ਜੀ, ਮਤਲਬ ਰੇਡ ਕੀਤੀ ਹੈ, ਗ੍ਰਿਫਤਾਰ ਕਰਾਂਗੇ ਛੇਤੀ ਜਲਦੀ ਜਲਦੀ ਜੀ। ਡੇਵਿਡ ਵਰਮਾ, ਦਿਵਿਆ ਪੰਜਾਬ ਟੀਵੀ, ਕੁਰਾਲੀ।